ਜਿਹੜੀ ਉਹਨਾਂ ਦੇ ਬਿੱਲ ਵਾਲੀ ਗੱਲ ਆ ਉਹ ਸਾਡਾ ਰਾਈਟ ਲੀਗਲ ਜਿਹੜਾ ਅੱਜ ਇਹੋ ਹੀ ਬਣਦਾ ਸੀ ਕਿਉਂਕਿ ਇਹਨਾਂ ਕੋਲ ਬਿੱਲ ਆਉਣਾ ਆ ਅਪਰੂਵਲ ਲਈ ਅਸੀਂ ਲੀਗਲ ਤੌਰ ਤੇ ਇਹ ਜਿਲੇ ਸਾਰੇ ਦਰਵਾਜ਼ਿਆਂ ਦੇ ਵਿੱਚੋਂ ਕੀ ਨਿਕਲਦਾ ਉਸ ਤੋਂ ਬਾਅਦ ਵੀ ਦੇਖਾਂਗੇ ਕੀ ਗਾਹਾਂ ਦਾ ਪ੍ਰੋਸੈਸ ਆ ਸੋ ਦੂਜੀ ਗੱਲ ਇਹ ਅਸੀਂ ਹੁਣ ਬੈਠ ਕੇ 26 ਤਰੀਕ ਨੂੰ ਹਾਊਸ ਸੱਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਜਿਹੜੇ ਸਾਰੇ ਮੈਂਬਰ ਆਉਣਗੇ ਉੱਥੇ ਬੈਠ ਕੇ ਸਾਰੀਆਂ ਮੱਦਾਂ ਤੇ ਸਾਰੇ ਵਿਚਾਰ ਕਰਾਂਗੇ ਤੇ ਜੋ ਉਹ ਦੇਖੋ ਸਾਰਾ ਉਹਦਾ ਪ੍ਰੋਸੈਸ ਤਕਰੀਬਨ ਗਰੇਵਾਲ ਸਾਹਿਬ ਬੈਠੇ ਆ ਇਹ ਉਸ ਕਮੇਟੀ ਦੇ ਕਹਿ ਲਓ ਤੁਸੀਂ ਵੀ ਕਰਤਾ ਧਰਤਾ ਹੋਰ 5-6 ਮੈਂਬਰ ਆ ਸਾਡੇ ਉਹ ਅਸੀਂ ਸਾਰਾ ਕੁਝ ਤਿਆਰ ਕੀਤਾ ਹੀ ਆ ਪਰ ਮੈਂ ਤਾਂ ਕਹਿੰਦਾ ਸੀ ਵੀ ਵੇਟ ਤਾਂ ਕਰੋ ਨਾ ਬਈ ਇੱਕ ਸਾਲ ਹੁਣ ਸਾਨੂੰ ਤਾਂ ਕਹਿੰਦੇ ਆ ਬਈ ਜੀ ਤੁਸੀਂ ਇੱਕ ਸਾਲ ਤੁਹਾਨੂੰ ਜਿਹੜੇ ਐਕਟਿੰਗ ਜਥੇਦਾਰ ਕਹਿੰਦੇ ਅਸੀਂ ਤਾਂ ਐਕਟਿੰਗ ਕਹਿੰਦੇ ਨਹੀਂ ਸੀ ਉਹਨਾਂ ਨੂੰ ਦੋਹਰਾ ਚਾਰਜ ਦਿੱਤਾ ਸੀ ਵੀ ਉਹਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਵੀ ਤੁਸੀਂ ਭਾਈ ਇਹ ਇੱਥੇ ਆਪਣਾ ਚੈਨਲ ਤਿਆਰ ਕਰੋ ਤੇ ਮੈਂ ਪੁੱਛਦਾ ਵੀ ਐਕਟਿੰਗ ਜਥੇਦਾਰ ਸਾਹਿਬ ਨੇ ਸਰਕਾਰ ਨੂੰ ਪੰਜਾਬ ਨੂੰ ਵੀ ਕਿਹਾ ਸੀ ਵੀ ਬੰਦੀ ਸਿੰਘਾਂ ਦਾ ਵੀ ਰਿਹਾਈ ਕਰਵਾਓ ਤੇ ਆਪ ਤਾਂ ਫਿਰ ਕੁਛ ਨਹੀਂ ਕੀਤਾ ਤੇ ਅਸੀਂ ਤਾਂ ਆਪਣੇ ਤੌਰ ਤੇ ਲੱਗੇ ਹਾਂ ਤੇ ਉਹਦੇ ਵਿੱਚ ਅਸੀਂ ਸਕਸੀਡ ਹੋਵਾਂ ਅਸੀਂ ਤਾਂ ਰਿਪ੍ਰੈਜੈਂਟੇਸ਼ਨ ਇਹੋ ਦਿੱਤੀ ਆ ਕਿ ਅਗੇਂਸਟ ਜੁਰਿਸਡਿਕਸ਼ਨ ਆ ਇਹਨਾਂ ਦੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਤੇ ਇਹਨੂੰ ਕੰਸੀਡਰ ਨਾ ਕੀਤਾ ਸਾਰੀ ਗੱਲ ਹੈ ਕਿ ਐਲਜੀਪੀਸੀ ਦੇ ਅਧਿਕਾਰ ਖੇਤਰ ਚ ਆਉਂਦਾ ਉਹਨੇ ਅਮੈਂਡਮੈਂਟ ਕਰਾਉਣੀ ਹੈ हर एक बंदे नूं धर्म दी फ्रीडम आ ते उहदे विच ट्रस्ट भी जिहड़े रन करदे उहनां नूं सारी फ्रीडम आ उह उहनां ने अपने किवें किवें चलाउणा उहदे उत्ते सारा डिपेंड करदा ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਬਜ਼ੁਰਗਾਂ ਦਾ ਬਹੁਤ ਵੱਡਾ ਵਧੀਆ ਇੱਕ ਜੇਰਾ ਸੀ ਉਹਨੇ ਕਿਹਾ ਵੀ ਜਦੋਂ ਵੀ ਕਿਤੇ ਅਮੈਂਡਮੈਂਟ ਹੋਣੀ ਆ ਫਾਸਟ ਬਾਈ 2/3 ਮੈਜੋਰਟੀ ਜਿਹੜੀ ਉੱਥੇ SGPC ਦੀ ਆ 2/3 ਮੈਜੋਰਟੀ ਪਹਿਲਾਂ ਉਹਨੂੰ ਪਾਸ ਕਰਕੇ ਕੰਸੈਂਟ ਦੇਵੇ ਵੀ ਆਹ ਚੀਜ਼ ਲਾਗੂ ਹੋਣੀ ਚਾਹੀਦੀ ਆ ਉਹ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਉਹ ਜਾਊਗੀ ਤੋਂ ਮੈਂ ਤਾਂ ਉਹਨਾਂ ਦੀ ਸੋਚ ਦੀ ਦਾਤ ਦਿੰਦਾ ਵੀ ਉਹਨੇ ਕਿੰਨਾ ਵੱਡਾ ਇਹ ਕਾਰਜ ਸਾਡੇ ਦੀ ਕੌਮ ਲਈ ਕਰ ਦਿੱਤਾ ਵੀ ਤਾਂ ਕਿ ਕੱਲ ਨੂੰ ਕੋਈ ਸਰਕਾਰ ਆ ਹੁਣ ਅੱਜ ਵੀ ਮੇਰਾ ਸਵਾਲ ਇਹੋ ਹੀ ਆ ਵੀ ਜਿੱਦਾਂ ਇੱਕ ਲਾਈਨ ਦੇ ਨਾਲ ਕੱਲ ਨੂੰ ਹੋਰ ਸਰਕਾਰ ਆਊਗੀ ਫਿਰ ਹੋਰ ਲਾਈਨ ਐਡ ਕਰ ਦੋਗੇ ਤੀਜੀ ਆਊਗੀ ਹੋਰ ਲਾਈਨ ਐਡ ਕਰ ਦੋਗੇ ਫਿਰ ਆਪਾਂ ਜਿਹੜੀ SGPC ਦੀ ਸਪੇਟ ਆ ਉਹਦੇ ਵਿੱਚ 22 ਆਪਣੇ ਇਲੈਕਸ਼ਨ ਮੈਂਬਰ ਆਉਂਦੇ ਆ ਔਰ ਉਹਦੇ ਵਿੱਚ 30 ਔਰਤਾਂ ਬੀਬੀਆਂ ਆਉਂਦੀਆਂ ਉਹਦੇ ਵਿੱਚ 19 ਸਾਡੇ SC ਭਾਈਚਾਰੇ ਚੋਂ ਆਉਂਦੇ ਆ 15 ਮੈਂਬਰ ਸਾਡੇ ਕੁਆਪਟ ਹੁੰਦੇ ਥਰੂ ਆਊਟ ਇੰਡੀਆ ਤੇ ਇਹ ਤਾਂ ਫਿਰ ਉਹਦੀ ਸਾਰੀ ਵਾਇਓਲੇਸ਼ਨ ਹੀ ਹੋ ਗਈ ਫਿਰ ਤਾਂ ਜੋ ਮਰਜ਼ੀ ਇੱਥੋਂ ਫਿਰ ਆਪਾਂ SGPC ਵਾਲਿਆਂ ਨੇ ਉੱਥੇ ਫਿਰ ਕੀ ਕਰਨਾ ਸਾਰੇ ਉਹਦੇ ਜਿਹੜੇ ਆ